ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਇਨੀ ਦਿਨੀ 40 ਦਿਨਾਂ ਦੀ ਪੈਰੋਲ ਤੇ ਬਾਹਰ ਨੇ ਅਤੇ ਆਪਣੇ ਪੈਰੋਕਾਰਾਂ ਨਾਲ ਲਗਾਤਾਰ ਵਰਚੂਲੀ ਗੱਲਬਾਤ ਕਰ ਰਿਹਾ ਹੈ ਇਸੇ ਦੌਰਾਨ ਰਾਮ ਰਹੀਮ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਸੱਚਾ ਸੌਦਾ ਦਾ ਨਵਾਂ ਡੇਰਾ ਬਣਾਇਆ ਜਾਵੇਗਾ ਇੱਕ ਵਰਚੂਲ ਗੱਲਬਾਤ ਵਿੱਚ ਰਾਮ ਰਹੀਮ ਨੇ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਬਲੌਗ ਦੀ ਇੱਕ ਕੰਪਨੀ ਨਾਲ ਮੁਲਾਕਾਤ ਕੀਤੀ ਇਸੇ ਦੌਰਾਨ ਰਾਮ ਰਹੀਮ ਨੇ ਸੁਨਾਮ ਵਿੱਚ ਸੱਚਾ ਸੌਦਾ ਦਾ ਡੇਰਾ ਬਣਾਉਂਦਾ ਐਲਾਨ ਕੀਤਾ ਦਰਅਸਲ ਵਰਚੂਲ ਬਾਦ ਦੌਰਾਨ ਡੇਰਾ ਪ੍ਰੇਮੀਆ ਨੇ ਰਾਮ ਰਹੀਮ ਦੇ ਸਾਹਮਣੇ ਸੁਨਾਮ ਨਾਮ ਚਰਚਾ ਕਰਨ ਨੂੰ ਡੇਰਾ ਵਿੱਚ ਤਬਦੀਲ ਕਰਨ ਦੀ ਇੱਛਾ ਪ੍ਰਗਟਾਈ ਸੀ ਇਸ ਤੇ ਰਾਮ ਰਹੀਮ ਨੇ ਹਾਮੀ ਭਰੀ ਅਤੇ ਐਡਮਿਨ ਬਲਾਕ ਦੇ ਜ਼ਿੰਮੇਵਾਰ ਨੂੰ ਹੁਕਮਚਾਰੀ ਕਰ ਦਿੱਤਾ ਗੱਲਬਾਤ ਦੌਰਾਨ ਰਾਮ ਰਹੀਮ ਨੇ ਪ੍ਰੇਮੀਆ ਤੋਂ ਪੁੱਛਿਆ ਕਿ ਕੀ ਇੱਥੇ ਡੇਰਾ ਬਣਾਉਣ ਦੀ ਜਗ੍ਹਾ ਹੈ ਇਸ ਤੇ ਪ੍ਰੇਮੀਆ ਨੇ ਕਿਹਾ ਕਿ ਉਹ ਨਾਮ ਚਰਚਾ ਕਰਦੇ ਆਲੇ ਦੋਲੇ ਦੀ ਜ਼ਮੀਨ ਖਰੀਦਣਗੇ ਇਸ ਉੱਤੇ ਰਾਮ ਰਹੀਮ ਨੇ ਆਪਣੀ ਸਹਿਮਤੀ ਦੇ ਦਿੱਤੀ ਇਸੇ ਦੌਰਾਨ ਪ੍ਰੇਮੀਆ ਨੇ ਸ਼ਹੀਦ ਉਦਮ ਸਿੰਘ ਦੇ ਪਰਿਵਾਰ ਦੇ ਇੱਕ ਮੈਂਬਰ ਨਾਲ ਰਾਮ ਰਹੀਮ ਨੂੰ ਮਲਾਇਆ ਹੁਣ ਤੱਕ ਸਭ ਤੋਂ ਵੱਡਾ ਡੇਰਾ ਪੰਜਾਬ ਦੇ ਬਠਿੰਡਾ ਦੇ ਸਲਾਬਤਪੁਰ ਵਿਚ ਹੈ ਜੋ ਹਰਿਆਣਾ ਦੇ ਸਿਰਸਾ ਹੈੱਡਕੁਆਰਟਰ ਤੋਂ ਬਾਅਦ ਦੂਜੇ ਨੰਬਰ ਤੇ ਹੈ ਦੱਸਦੀ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਡੇਰਾ ਪ੍ਰੇਮੀਆ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਵੀ ਬਰਗਾੜੀ ਕਾਂਡ ਮੋੜ ਮੰਡੀ ਪੰਪ ਤਮਾਕੇ ਦੇ ਮਾਮਲੇ ਅਦਰਜ ਹਨ ਬਰਗਾੜੀ ਮਾਮਲੇ ਵਿੱਚ ਰਾਮ ਰਹੀਮ ਤੋਂ ਲੈ ਕੇ ਡੇਰਾ ਮੈਨੇਜਮੈਂਟ ਐਸਆਈਟੀ ਪਾ ਵਿਸ਼ੇਸ਼ ਜਾਂਚ ਟੀਮ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਐਸਆਈਟੀ ਰਾਮ ਰਹੀਮ ਨੂੰ ਪ੍ਰੋਟੈਕਸ਼ਨ ਵਾਰੰਟ ਤੇ ਲਿਆਉਣਾ ਚਾਹੁੰਦੀ ਸੀ ਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਤੇ ਰੋਕ ਲਗਾ ਦਿੱਤੀ ਸੀ ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਸੁਨਾਰੀਆ ਜ਼ਿਲ੍ਹੇ ਵਿੱਚ ਰਾਮ ਰਹਿਮ ਤੋਂ ਪੁਸ਼ਕਿਰ ਕੀਤੀ ਸਾਲ 2007 ਵਿੱਚ ਰਾਮ ਰਹਿਮ ਨੇ ਡੇਰਾ ਸਲਾਬਤਪੁਰਾ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਪਹਿਰਾਵਾ ਪਾਇਆ ਸੀ ਜਿਸ ਨੂੰ ਲੈ ਕੇ ਵਿਵਾਦ ਹੋਇਆ ਸੀ ਉਦੋਂ ਤੋਂ ਹੀ ਡੇਰਾ ਪ੍ਰੇਮੀਆ ਤੇ ਸਿੱਖਾਂ ਵਿਚਾਲੇ ਵਿਵਾਦ ਚੱਲ ਰਿਹਾ ਹੈ